ਦਾ ਸਪੀਕਰ ਵੀ ਬਾਬਾ ਵਾਕਿਆ ਲਾਊਡ ਸਪੀਕਰ। ਅੱਛਾ ਤੁਹਾਡਾ ਭਲਾ ਹੋਵੇ, ਤੁਹਾਨੂੰ ਰੱਬ ਤੁਹਾਡਾ ਭਲਾ ਹੋਵੇ, ਤੁਸੀਂ ਜੋ ਚਾਹੁੰਦੇ ਰੱਬ ਤੁਹਾਨੂੰ ਦੇਵੇ, ਜੇ ਕੋਈ ਜੇ ਘਾਟ ਹੈ ਤਾਂ ਹੋਰ ਪੂਰੀ ਕਰੇ, ਜੇ ਜੇ ਕੋਈ ਕਮੀ ਰਹਿ ਗਈ ਹੈ ਹੋਰ ਪੂਰੀ ਕਰੇ, ਇਹੋ ਆਪਾਂ ਅਰਦਾਸ ਕਰ ਸਕਦੇ ਹਾਂ। ਲੇਕਿਨ ਗਰੀਬਾਂ ਨੂੰ ਵੀ ਬੋਲਣ ਦਿਓ, ਗਰੀਬਾਂ ਦੇ ਬੱਚਿਆਂ ਨੂੰ ਵੀ ਕਿਤੇ ਪਾਰਲੀਮੈਂਟ 'ਚ ਜਾਣ ਦਿਓ। ਮੇਰਾ ਦਿਲ ਕਰਦਾ ਅਗਲੀ ਵਾਰੀ ਆਵਾਂ ਅਤੇ ਗਰੀਬਾਂ ਦੇ ਬੱਚੇ MLA ਵੀ ਬਣੇ ਹੋਣ, ਚੇਅਰਮੈਨ ਲੱਗੇ ਹੋਣ, ਆਪਣੀਆਂ ਜ਼ਮੀਨਾਂ ਹੋਣ ਮਾੜਾ ਮੋਟਾ, ਇੱਦਾਂ ਦਾ ਸੁਪਨੇ ਆ ਤਾਂ ਅਰਦਾਸ ਕਰਿਓ। ਇਹ ਸੱਚਾ ਪਾਤਸ਼ਾਹ ਬੰਦਾ ਕੱਖ ਨਹੀਂ ਹੁੰਦਾ, ਹੰਸਰਾਜ ਕੱਖ ਨਹੀਂ, ਜੇ ਤੂੰ ਚਾਹੇ ਤਾਂ ਕੰਗਲਾ ਵੀ ਪਹਾੜੀ ਚੜ੍ਹ ਸਕਦਾ। ਇਸ ਕਰਕੇ 1 ਤਰੀਕ ਨੂੰ ਕਮਲ ਦਾ ਫੁੱਲ ਯਾਦ ਰੱਖਿਓ, ਅਤੇ ਜਿੰਨਾ ਮਰਜ਼ੀ ਗੁੱਸੇ 'ਚ ਕੋਈ ਆਵੇ ਤਾਂ ਤੁਸੀਂ ਗੁੱਸੇ 'ਚ ਨਾ ਆਇਓ, ਮੇਰੇ 'ਤੇ ਕੱਲ੍ਹ ਪਰਸੋਂ ਸ਼ੈਤਾਨ ਦਾ ਪਹਿਰਾ ਹੋ ਗਿਆ। ਉਹ ਇੱਕ ਵਰਕਰ ਨੂੰ ਨਾ, ਉਹਦੀ ਧੀ ਨੂੰ ਨਾ, ਬੇਟੀ ਨੂੰ, ਮੈਨੂੰ ਬੇਟੀਆਂ ਨਾਲ, ਮੇਰੀ ਬੇਟੀ ਆ, ਮੈਨੂੰ ਪਿਆਰ ਬਹੁਤ ਹੈ ਉਹਦੀ, ਉਹਨਾਂ ਨੇ ਕੋਸ਼ਿਸ਼ ਕੀਤੀ ਬਹੁਤ, ਮੈਂ ਦੱਸ ਨਹੀਂ ਸਕਦਾ। ਅਤੇ ਮਾਂ ਸੀਗੀ, ਉਹ ਫਿਰ ਮੇਰੇ ਗਲ ਲੱਗ ਕੇ ਇੱਕ ਵਰਕਰ ਰੋਣ ਲੱਗ ਪਿਆ। ਮੈਂ ਕਿਹਾ ਜੇ ਹੁਣ ਵੀ ਨਾ ਬੋਲਿਆ ਫਿਰ ਬਗੈਰ ਬੇਅੰਕ, ਹੁਣ ਬੋਲਣਾ ਚਾਹੀਦਾ। ਉਹ 1 ਵਾਰੀ 1.5 ਮਹੀਨੇ 'ਚ ਮਾੜਾ ਜਿਹਾ ਮੈਂ ਬੋਲਿਆ ਸੀ। ਸੋ ਇਸ ਕਰਕੇ ਅੱਗੋਂ ਤੋਂ ਤੁਸੀਂ ਕਦੀ ਨਹੀਂ ਗੁੱਸੇ 'ਚ ਆਉਣਾ, ਪਿੰਡਾਂ 'ਚ ਭਾਈਚਾਰਾ ਬਣਾ ਕੇ ਰੱਖੋ, ਪਿੰਡਾਂ 'ਚ ਆਪਣਾ ਪਰਿਵਾਰ ਬਣਾ ਕੇ ਰੱਖੋ। ਕੋਈ ਗੱਲ ਨਹੀਂ, ਇਲੈਕਸ਼ਨ ਚੱਲਦੇ ਰਹਿੰਦੇ ਆ, 1 ਤਰੀਕ ਨੂੰ ਚੋਣ ਨਿਸ਼ਾਨ ਯਾਦ ਹੈ ਨਾ, ਯਾਦ ਰੱਖੋਗੇ ਚੋਣ ਨਿਸ਼ਾਨ। ਇੱਕ ਵਾਰੀ ਤੁਸੀਂ ਬੋਲਦੇ ਜਰਾ ਹੌਸਲੇ ਜਾਣਾ, ਜਾਈਏ ਧੁੱਪੇ ਧੁੱਪੇ ਚੋਣ ਨਿਸ਼ਾਨ। ਮੇਰੀਆਂ ਬੇਟੀਆਂ ਮਾਵਾਂ ਭੈਣਾਂ ਵੀ ਬੋਲਦੇ ਚੋਣ ਨਿਸ਼ਾਨ, ਬਸ 1 ਨੂੰ ਨਾ ਜਾਇਓ ਬੋਲੋ, ਇਹ ਨਾ ਹੋਵੇ 32 ਹੋ ਜਾ ਗੋਲ ਅਤੇ ਤੁਹਾਡਾ 22 ਜਾਵੇ ਰੋਲ, ਹੈ ਕਵੇ ਦਿੱਲੀ ਜਾ ਕੇ ਕਰ ਹੁਣ ਚੋਣ। ਤੂੰ ਵੀ ਕੌਣ ਵਜਾਉਂਦਾ ਸੀ, ਤੂੰ ਵੀ ਕੌਣ ਵਜਾਉਂਦਾ, ਮਿੰਟ ਕੁ ਲਈ ਦਊਂਗੇ, ਦੇਖੇ ਸ਼ਾਇਦ ਯਾਦ ਹੋਵੇ। ਉਹਨਾਂ ਦਾ ਸਪੀਕਰ ਵੀ ਬਾਬਾ ਵਾਕਿਆ ਲਾਊਡ ਸਪੀਕਰ। ਅੱਛਾ ਤੁਹਾਡਾ ਭਲਾ ਹੋਵੇ, ਤੁਹਾਨੂੰ ਰੱਬ ਤੁਹਾਡਾ ਭਲਾ ਹੋਵੇ, ਤੁਸੀਂ ਜੋ ਚਾਹੁੰਦੇ ਰੱਬ ਤੁਹਾਨੂੰ ਦੇਵੇ, ਜੇ ਕੋਈ ਜੇ ਘਾਟ ਹੈ ਤਾਂ ਹੋਰ ਪੂਰੀ ਕਰੇ, ਜੇ ਜੇ ਕੋਈ ਕਮੀ ਰਹਿ ਗਈ ਹੈ ਹੋਰ ਪੂਰੀ ਕਰੇ, ਇਹੋ ਆਪਾਂ ਅਰਦਾਸ ਕਰ ਸਕਦੇ ਹਾਂ। ਲੇਕਿਨ ਗਰੀਬਾਂ ਨੂੰ ਵੀ ਬੋਲਣ ਦਿਓ, ਗਰੀਬਾਂ ਦੇ ਬੱਚਿਆਂ ਨੂੰ ਵੀ ਕਿਤੇ ਪਾਰਲੀਮੈਂਟ 'ਚ ਜਾਣ ਦਿਓ। ਮੇਰਾ ਦਿਲ ਕਰਦਾ ਅਗਲੀ ਵਾਰੀ ਆਵਾਂ ਅਤੇ ਗਰੀਬਾਂ ਦੇ ਬੱਚੇ MLA ਵੀ ਬਣੇ ਹੋਣ, ਚੇਅਰਮੈਨ ਲੱਗੇ ਹੋਣ, ਆਪਣੀਆਂ ਜ਼ਮੀਨਾਂ ਹੋਣ ਮਾੜਾ ਮੋਟਾ, ਇੱਦਾਂ ਦਾ ਸੁਪਨੇ ਆ ਤਾਂ ਅਰਦਾਸ ਕਰਿਓ। ਇਹ ਸੱਚਾ ਪਾਤਸ਼ਾਹ ਬੰਦਾ ਕੱਖ ਨਹੀਂ ਹੁੰਦਾ, ਹੰਸਰਾਜ ਕੱਖ ਨਹੀਂ, ਜੇ ਤੂੰ ਚਾਹੇ ਤਾਂ ਕੰਗਲਾ ਵੀ ਪਹਾੜੀ ਚੜ੍ਹ ਸਕਦਾ। ਇਸ ਕਰਕੇ 1 ਤਰੀਕ ਨੂੰ ਕਮਲ ਦਾ ਫੁੱਲ ਯਾਦ ਰੱਖਿਓ, ਅਤੇ ਜਿੰਨਾ ਮਰਜ਼ੀ ਗੁੱਸੇ 'ਚ ਕੋਈ ਆਵੇ ਤਾਂ ਤੁਸੀਂ ਗੁੱਸੇ 'ਚ ਨਾ ਆਇਓ, ਮੇਰੇ 'ਤੇ ਕੱਲ੍ਹ ਪਰਸੋਂ ਸ਼ੈਤਾਨ ਦਾ ਪਹਿਰਾ ਹੋ ਗਿਆ। ਉਹ ਇੱਕ ਵਰਕਰ ਨੂੰ ਨਾ, ਉਹਦੀ ਧੀ ਨੂੰ ਨਾ, ਬੇਟੀ ਨੂੰ, ਮੈਨੂੰ ਬੇਟੀਆਂ ਨਾਲ, ਮੇਰੀ ਬੇਟੀ ਆ, ਮੈਨੂੰ ਪਿਆਰ ਬਹੁਤ ਹੈ ਉਹਦੀ, ਉਹਨਾਂ ਨੇ ਕੋਸ਼ਿਸ਼ ਕੀਤੀ ਬਹੁਤ, ਮੈਂ ਦੱਸ ਨਹੀਂ ਸਕਦਾ। ਅਤੇ ਮਾਂ ਸੀਗੀ, ਉਹ ਫਿਰ ਮੇਰੇ ਗਲ ਲੱਗ ਕੇ ਇੱਕ ਵਰਕਰ ਰੋਣ ਲੱਗ ਪਿਆ। ਮੈਂ ਕਿਹਾ ਜੇ ਹੁਣ ਵੀ ਨਾ ਬੋਲਿਆ ਫਿਰ ਬਗੈਰ ਬੇਅੰਕ, ਹੁਣ ਬੋਲਣਾ ਚਾਹੀਦਾ। ਉਹ 1 ਵਾਰੀ 1.5 ਮਹੀਨੇ 'ਚ ਮਾੜਾ ਜਿਹਾ ਮੈਂ ਬੋਲਿਆ ਸੀ। ਸੋ ਇਸ ਕਰਕੇ ਅੱਗੋਂ ਤੋਂ ਤੁਸੀਂ ਕਦੀ ਨਹੀਂ ਗੁੱਸੇ 'ਚ ਆਉਣਾ, ਪਿੰਡਾਂ 'ਚ ਭਾਈਚਾਰਾ ਬਣਾ ਕੇ ਰੱਖੋ, ਪਿੰਡਾਂ 'ਚ ਆਪਣਾ ਪਰਿਵਾਰ ਬਣਾ ਕੇ ਰੱਖੋ। ਕੋਈ ਗੱਲ ਨਹੀਂ, ਇਲੈਕਸ਼ਨ ਚੱਲਦੇ ਰਹਿੰਦੇ ਆ, 1 ਤਰੀਕ ਨੂੰ ਚੋਣ ਨਿਸ਼ਾਨ ਯਾਦ ਹੈ ਨਾ, ਯਾਦ ਰੱਖੋਗੇ ਚੋਣ ਨਿਸ਼ਾਨ। ਇੱਕ ਵਾਰੀ ਤੁਸੀਂ ਬੋਲਦੇ ਜਰਾ ਹੌਸਲੇ ਜਾਣਾ, ਜਾਈਏ ਧੁੱਪੇ ਧੁੱਪੇ ਚੋਣ ਨਿਸ਼ਾਨ। ਮੇਰੀਆਂ ਬੇਟੀਆਂ ਮਾਵਾਂ ਭੈਣਾਂ ਵੀ ਬੋਲਦੇ ਚੋਣ ਨਿਸ਼ਾਨ।
ਬਸ ਪਹਿਲੀ ਨੂੰ ਨਾ ਜਾਇਓ ਭੁੱਲ, ਇਹ ਨਾ ਹੋਵੇ ਬੱਤੀ ਹੋ ਜਾ ਗੁੱਲ ਅਤੇ ਤੁਹਾਡਾ ਬਾਈ ਜਾਵੇ ਰੁੱਲ, ਹੈ ਕਵੇ ਦਿੱਲੀ ਜਾ ਕੇ ਘਰ ਹੁਣ ਚੁੱਲ। ਤੂੰ ਵੀ ਕੌਣ ਵਜਾਉਂਦਾ ਸੀ, ਤੂੰ ਵੀ ਕੌਣ ਵਜਾਉਂਦਾ, ਮਿੰਟ ਕੇ ਲਈ ਦਊਂਗੇ ਦੇਖੇ ਸ਼ਾਇਦ ਯਾਦ ਹੋਵੇ।